ਬੇਬੇ ਲੈ ਰੋਟੀ ਲੈ ਰੋਟੀ ਲੈ ਦੇ ਜਾ ਬੇਬੇ ਛੇਤੀ ਰੋਟੀ ਲੈ ਗਿਆ ਭੁੱਖ ਬਹੁਤ ਲੱਗੀ ਪਈ ਮੈਨੂੰ ਤਾਂ ਬੁਖਾਰ ਹੋਇਆ ਪਿਆ ਜੁਕਾਮ ਲੱਗਿਆ ਪਿਆ ਕੰਧ ਲੱਗੀ ਪਈ ਹੈ ਚੱਲ ਕੋਈ ਨੀ ਜਾ ਖੁਦਾ ਆਪੇ ਜਾ ਕੇ ਲੈ ਜਾ ਜਾਣਾ ਤੇ ਮੈਂ ਨਾ ਕੱਪੜੇ ਬਦਲਣਾ ਚੰਗਾ 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 ਕਿੰਨੇ ਚੱਲੀ ਦੇਖੀ ਚੱਲੀ ਪਰਸੋਂ ਦਾ ਖੰਘ ਨਹੀਂ ਸਹਿਣ ਲੱਗੇ ਪਰਸੋਂ ਦੇ ਵਿੱਚ ਭਾਈ ਪਾਣੀ ਲੈ ਦੀਆਂ ਤੁਸੀਂ ਬੇਟੇ ਬੇਟਾ ਮਾਤਾ ਜੀ ਦੀ ਤਕਲੀਫ ਥੋੜੀ ਜਿਹੀ ਵਧੀ ਹੋਈ ਆ ਠੀਕ ਆ ਇਹਨਾਂ ਨੂੰ ਜਿਵੇਂ ਕਹਿੰਦੇ ਡਬਲ ਨਮੂਨੀਆ ਬਣਿਆ ਵਾ ਤੁਸੀਂ ਇਹਨਾਂ ਨੂੰ ਸ਼ਹਿਰ ਲਗਾਓ ਸਾਨੂੰ ਸ਼ੱਕ ਆ ਜਿਵੇਂ ਇਹਨਾਂ ਦੇ ਹਾਲਾਤ ਆ ਹੁਣ ਬੀਪੀ ਵਧਿਆ ਪਿਆ ਗਲੇ ਚ ਖਾਰਸ਼ ਆ ਅੱਖਾਂ ਦੇ ਵੀ ਸਨ ਨੋਕਸ ਲੱਗੇ ਕਿਤੇ ਆ ਜਿਹੜਾ ਅੱਜ ਕੱਲ ਵਾਇਰਸ ਚੱਲਿਆ ਉਹ ਨਾ ਹੋ ਗਿਆ ਉਹਨੇ ਤੇ ਤੁਸੀਂ ਜਲਦੀ ਤੋਂ ਜਲਦੀ ਜਿੰਨੀ ਛੇਤੀ ਹੋ ਸਕੇ ਸ਼ਹਿਰ ਦਿਖਾਓ ਜਾਣ ਤੋਂ ਪਹਿਲਾਂ ਮਾਸਕ ਜ਼ਰੂਰ ਲੈ ਕੇ ਜਾਇਓ ਆਪਣੇ ਸਾਰੇ ਜਾਣੇ ਠੀਕ ਹੈ ਨਾ ਨਹੀਂ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਜਾਣਗੇ ਅਵੇਲੇਬਲ ਹੈਗੇ ਮੈਡੀਕਲ ਸਟੋਰ ਠੀਕ ਹੈ ਧੰਨਵਾਦ ਜਲਦੀ ਲੈ ਚਲਾ ਬਈ ਗੱਡੀ ਹਾਂ ਹਾਂ ਠੀਕ ਹੈ ਬਸ ਆਉਂਦਾ ਠੀਕ
ਹਾਂਜੀ ਡਾਕਟਰ ਸਾਹਿਬ ਇਹ ਗੱਲ ਹੈ ਕਿ ਇਹ ਮਾਤਾ ਹੋਊਗਾ ਕਰੋਨਾ ਵਾਇਰਸ ਠੀਕ ਹੈ ਜੇ ਇਲਾਜ ਹੋ ਜੂਗੀ ਤਾਂ ਬਚ ਜੂਗਾ ਨਹੀਂ ਤੇ 50,000 ਰੁਪਇਆ ਪਹਿਲਾਂ ਜਮਾ ਕਰਾਉਣਾ ਪੈਣਾ ਫਿਰ ਇਲਾਜ ਚੱਲੂਗਾ ਠੀਕ ਹੈ ਕੋਈ ਗੱਲ ਨਹੀਂ ਇਲਾਜ ਸ਼ੁਰੂ ਕਰਾਓ ਕੋਈ ਕਿਵੇਂ ਇਹ ਗੱਲ ਗਲਤ ਆ ਮਾਤਾ ਨੂੰ ਕੋਈ ਕਰੋਨਾ ਵਾਇਰਸ ਨਹੀਂ ਗਾ ਮਾਤਾ ਨੂੰ ਤਾਂ ਨਮੂਨੀਆ ਹੋਇਆ ਹੈਗਾ ਮੈਂ ਖੈਰ ਇਹ ਚੈੱਕ ਕੀਤੀ ਆ ਤੁਸੀਂ ਤਾਂ ਰੋਜ਼ ਦਾ ਕੰਮ ਤੁਹਾਡਾ ਏ ਹਰ ਇੱਕ ਬੰਦੇ ਨੂੰ ਤੁਸੀਂ ਠੱਗਦੇ ਹੋ ਆਜੀ ਬੇਬੇ ਦਾ ਆ ਗਈ ਕੋਈ ਨਹੀਂ ਆਪਾਂ ਪੈਸੇ ਹੀ ਕੋਲ ਰਿਹਾ ਤੇਰਾ 10% ਐਡਮਿਸ਼ਨ ਪੱਕਾ ਉਹਨਾਂ ਦੀ ਗੱਲ ਕਰਦਾ ਮੈਂ ਬਾਤ ਕਰਦਾ ਬੇਸ਼ੱਕ ਦੇ ਗੱਲ ਤੁਸੀਂ ਘੋੜੇ ਪਾਲੇ ਲੋਕਾਂ ਨੂੰ ਰੋਜ਼ ਠੱਗਦੇ ਹੋ ਆ ਮਾਸਕ 15 ਰੁਪਏ ਦਾ ਮਾਸਕ 50 ਦਾ ਕਰ ਛੱਡਿਆ ਆ ਘੋੜੀ ਪਾਲੀ ਔਰਤ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਜੋ ਵੀ ਪ੍ਰਾਈਵੇਟ ਡਾਕਟਰ ਆ ਉਹਨਾਂ ਤੋਂ ਬਚਣਾ ਚਾਹੀਦਾ ਜਿਹੜੇ ਗੌਰਮੈਂਟ ਹੋਸਪਿਟਲ ਆ ਉਹ ਬਹੁਤ ਹੀ ਵਧੀਆ ਹੋਸਪਿਟਲ ਆ ਆਪਣੇ ਪ੍ਰਾਈਵੇਟ ਡਾਕਟਰਾਂ ਨੇ ਇੱਕ ਕਿੱਤਾ ਬਣਾਇਆ ਹੋਈ ਵੱਧ ਤੋਂ ਵੱਧ ਪੈਸੇ ਬਣਾਉਣੇ ਆ ਬੰਦੇ ਨੂੰ ਕੋਈ ਬਿਮਾਰੀ ਹੋਰ ਹੁੰਦੀ ਆ ਦੱਸਦੇ ਕੁਛ ਹੋਰ ਆ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹੁੰਦੇ ਸੋ ਇੱਦਾਂ ਦੇ ਡਾਕਟਰਾਂ ਤੋਂ ਬਚਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ ਗਾ